ਸੋ ਹਾਂਜੀ ਗਾਈਸ ਵੈਲਕਮ ਬੈਕ ਟੂ ਮਾਈ ਚੈਨਲ ਹਰਪ੍ਰੀਤ ਬਲੌਗਸ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਅੱਜ ਆਪਣੇ ਨਾਲ ਨੇ ਤੁਸੀਂ ਪਿਛਲੀ ਵੀਡੀਓ 'ਚ ਦੇਖੀ ਹੋਣਾ ਸਿਕੰਦਰ ਬਾਈ ਅਤੇ ਅੱਜ ਦੀ ਵੀਡੀਓ ਦਾ ਜਿਹੜਾ ਮੇਨ ਟੋਪਿਕ ਹੈ ਤੁਸੀਂ ਬਹੁਤ ਸਾਰੇ ਜਾਣਿਆਂ ਨੇ ਨੀਚੇ ਮੇਰੀ ਵੀਡੀਓ 'ਤੇ ਕਮੈਂਟ ਕੀਤਾ ਸੀ ਇਮੀਗ੍ਰੇਸ਼ਨ ਕੁਐਸਚਨ ਬਾਰੇ। ਸੋ ਮੈਂ ਸੋਚਿਆ ਕਿ ਇਮੀਗ੍ਰੇਸ਼ਨ ਕੁਐਸਚਨ ਵਾਲੀ ਵੀਡੀਓ ਬਹੁਤ ਛੋਟੀ ਹੋ ਜਾਣੀ ਆ ਤਾਂ ਮੈਂ ਬਾਈ ਜਿਹੜੇ ਕਿ ਸਪਾਊਸ ਓਪਨ ਵਰਕ ਪਰਮਿਟ 'ਤੇ ਆਏ ਨੇ ਕੈਨੇਡਾ ਦੇ ਵਿੱਚ, ਮੈਂ ਵੀ ਓਬਵੀਅਸਲੀ ਆਇਆ, ਤੁਸੀਂ ਮੇਰੀਆਂ ਬਹੁਤ ਸਾਰੀ ਵੀਡੀਓਜ਼ ਦੇਖੀ ਹੋਣੀਆਂ, ਮੇਰੇ ਇੰਟਰਵਿਊ ਦੀ ਵੀਡੀਓਜ਼, ਮੇਰਾ ਐਕਸਪੀਰੀਅੰਸ, ਮੇਰੀ ਫਾਈਲ ਦੇ ਰਿਗਾਰਡਿੰਗ ਸਾਰੀਆਂ ਵੀਡੀਓਜ਼ ਤੁਹਾਨੂੰ ਮੇਰੇ ਚੈਨਲ 'ਤੇ ਦਿਖ ਜਾਣੀਆਂ। ਬਟ ਅੱਜ ਆਪਾਂ ਬਾਈ ਦਾ ਐਕਸਪੀਰੀਅੰਸ ਪੁੱਛਣਾ, ਇਹਨਾਂ ਨੇ ਕਿਹੜੇ ਕਿਹੜੇ ਡਾਕੂਮੈਂਟਸ ਲਗਾਏ, ਕਿਹੜੇ ਕਿਹੜੇ ਡਾਕੂਮੈਂਟਸ ਲਗਾਉਣ ਤੋਂ ਬਾਅਦ ਇਹਨਾਂ ਨੂੰ ਸਿਰਫ 4 ਮਹੀਨਿਆਂ ਦੇ ਵਿੱਚ ਇਹਨਾਂ ਦੀ ਫਾਈਲ ਜਿਹੜੀ ਅਪਰੂਵ ਹੋ ਗਈ। ਸੋ ਸਭ ਤੋਂ ਪਹਿਲਾਂ ਤਾਂ ਜੀ ਵੈਲਕਮ ਹੈ ਮੇਰੇ ਚੈਨਲ ਦੇ ਉੱਤੇ, ਛੋਟਾ ਜਿਹਾ ਚੈਨਲ ਹਰਪ੍ਰੀਤ ਬਲੌਗਸ। ਬਹੁਤ ਸਾਰੇ ਲੋਕ ਤੁਹਾਨੂੰ ਸੁਣਨਗੇ, ਐਕਸਪੀਰੀਅੰਸ ਲੈਣਗੇ ਅਤੇ ਹੋ ਸਕਦਾ ਬਹੁਤ ਜਾਣਿਆਂ ਨੂੰ ਵਧੀਆ ਨੌਲੇਜ ਵੀ ਮਿਲੂਗੀ। ਸੋ ਸਵਾਗਤ ਹੈ ਜੀ ਮੇਰੇ ਚੈਨਲ 'ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਅਤੇ ਬਾਈ ਆਪਣਾ ਪਹਿਲਾਂ ਤਾਂ ਦੱਸੋ ਕਿ ਤੁਸੀਂ ਫਾਈਲ ਦੇ ਵਿੱਚ ਇੰਪੋਰਟੈਂਟ ਡਾਕੂਮੈਂਟ ਤੁਸੀਂ ਕਿਹੜੇ ਸੁਜੈਸਟ ਕਰਨੇ ਚਾਹੋਗੇ, ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲਗਾਉਣੀ ਆ ਤਾਂ ਇਨੀਸ਼ੀਅਲੀ ਸਭ ਤੋਂ ਪਹਿਲਾਂ ਇੰਪੋਰਟੈਂਟ ਡਾਕੂਮੈਂਟ ਕਿਹੜੇ ਨੇ? ਸਭ ਤੋਂ ਪਹਿਲੇ ਪ੍ਰੂਫ ਲਾਏ ਨੇ ਮੈਂ, ਮੈਰਿਜ ਸਰਟੀਫਿਕੇਟ। ਅੱਛਾ, ਮੈਰਿਜ ਸਰਟੀਫਿਕੇਟ, ਓਕੇ, ਬਹੁਤ ਜ਼ਰੂਰੀ ਪ੍ਰੂਫ ਨੇ, ਇੰਪੋਰਟੈਂਟ ਪ੍ਰੂਫ, ਓਕੇ, ਠੀਕ ਹੈ। ਅਤੇ ਦੈਨ ਉਸ ਤੋਂ ਬਾਅਦ ਜਿਹੜੇ ਚੈਟ ਵਗੈਰਾ ਸੀਗੇ, ਵਟਸਐਪ ਚੈਟ ਜਾਂ ਫੇਸਬੁੱਕ 'ਤੇ ਆਪਾਂ ਗੱਲ ਕੀਤੀ, ਵਾਈਫ ਨਾਲ ਜੋ ਗੱਲ ਕੀਤੀ ਫੇਸਬੁੱਕ 'ਤੇ, ਵਿਆਹ ਤੋਂ ਪਹਿਲੇ ਵੀ ਜੋ ਗੱਲਾਂ ਕੀਤੀਆਂ ਫੇਸਬੁੱਕ 'ਤੇ, ਚੈਟ ਵਗੈਰਾ ਜਾਂ ਕਮੈਂਟ ਵਗੈਰਾ ਕੀਤੇ, ਉਹ ਸਾਰਿਆਂ ਦੇ ਸਕਰੀਨਸ਼ੋਟ ਲਾਏ ਨੇ, ਓਕੇ, ਠੀਕ ਆ। ਬਾਕੀ ਫੋਟੋਜ਼ ਜੋ ਆਪਾਂ ਫੇਸਬੁੱਕ 'ਤੇ ਅਪਲੋਡ ਕਰਦੇ ਹਾਂ, ਸੋਸ਼ਲ ਮੀਡੀਆ 'ਤੇ ਜਿੰਨੀਆਂ ਵੀ ਫੋਟੋਆਂ ਨੇ, ਮਤਲਬ ਜਿੰਨੀਆਂ ਪੁਰਾਣੀਆਂ ਹੋ ਸਕੇ, ਓਕੇ, ਸਭ ਕੁਝ ਲਾ ਦਿਓ, ਓਕੇ, ਜਿਹਦੇ ਨਾਲ ਆਪਣਾ ਰਿਲੇਸ਼ਨ ਸਟਰੋਂਗ, ਮਤਲਬ ਆਪਾਂ ਕਰ ਸਕਦੇ ਅੱਗੇ ਸ਼ੋ, ਓਕੇ, ਇਮੀਗ੍ਰੇਸ਼ਨ 'ਚ, ਓਕੇ। ਅਤੇ ਦੈਨ ਉਸ ਤੋਂ ਬਾਅਦ ਬੈਂਕ ਅਕਾਊਂਟ ਵਗੈਰਾ ਲਾਏ ਨੇ, ਓਕੇ, ਜੁਆਇੰਟ ਅਕਾਊਂਟ ਸਟੇਟਮੈਂਟ ਲਗਾਈ, ਸਟੇਟਮੈਂਟ, ਬੈਲੈਂਸ ਸਰਟੀਫਿਕੇਟ। ਐਂਡ ਫੰਡ ਕਿੰਨੇ ਸ਼ੋਅ ਕੀਤੇ ਤੁਸੀਂ? ਫੰਡ ਮੈਂ ਤਾਂ ਵੈਸੇ 8 ਲੱਖ ਸ਼ੋਅ ਕੀਤਾ ਸੀ, ਬਟ ਇਹ ਕੋਈ ਮੈਟਰ ਨਹੀਂ ਕਰਦੇ, ਤੁਸੀਂ 5 ਲੱਖ ਵੀ ਸ਼ੋਅ ਕਰ ਸਕਦੇ ਹੋ, ਇਹ ਜ਼ਰੂਰੀ ਨਹੀਂ ਹੈ। ਡਿਪੈਂਡ ਕਰਦਾ ਤੁਹਾਡੀ ITR ਦੇ ਉੱਤੇ ਕਿ ਤੁਹਾਡੀ ITR ਕਿੰਨੀ ਹੈ, ਉਸ ਰਿਗਾਰਡਿੰਗ ਉਸ ਦੇ ਹਿਸਾਬ ਨਾਲ ਤੁਸੀਂ ਆਪਣੇ ਫੰਡ ਸ਼ੋਅ ਕਰਨੇ ਆ। ਐਂਡ ਉਸ ਤੋਂ ਬਾਅਦ ਤੁਸੀਂ ਮੈਰਿਜ ਪ੍ਰੂਫ ਦੇ ਵਿੱਚ, ਅੱਛਾ, ਵਾਈਫ ਨੇ ਕਿਹੜੇ ਕਿਹੜੇ ਡਾਕੂਮੈਂਟ ਤੁਹਾਨੂੰ ਮਤਲਬ ਕੈਨੇਡਾ ਤੋਂ ਇੰਡੀਆ ਭੇਜੇ? ਵਾਈਫ ਨੇ ਮੇਨ ਜਿਹੜੇ ਡਾਕੂਮੈਂਟ ਲਾਏ ਆ, ਇੱਕ ਤਾਂ ਟ੍ਰਾਂਸਕ੍ਰਿਪਟ ਲਾਈ ਆ, ਟ੍ਰਾਂਸਕ੍ਰਿਪਟ ਜਿਹੜਾ ਕਿ ਆਪਾਂ ਰਿਜ਼ਲਟ ਬੋਲਦੇ ਆ ਆਪਣੀ ਵਾਈਫ ਦਾ, ਓਕੇ, ਠੀਕ ਆ। ਤੇ ਉਹਨੇ ਲਾਇਆ ਆਪਣਾ ਅਕਾਊਂਟ ਸਟੇਟਮੈਂਟ, ਅਕਾਊਂਟ ਸਟੇਟਮੈਂਟ, ਓਕੇ, ਔਰ ਉਹਨਾਂ ਨੇ ਲਾਇਆ ਇਨਵੀਟੇਸ਼ਨ ਲੈਟਰ, ਟ੍ਰਾਂਸਕ੍ਰਿਪਟ, ਇਨਵੀਟੇਸ਼ਨ ਲੈਟਰ ਤੇ ਇਨਰੋਲਮੈਂਟ, ਅਕਾਊਂਟ ਸਟੇਟਮੈਂਟ ਤੇ ਇਨਰੋਲਮੈਂਟ ਲੈਟਰ, ਠੀਕ ਹੈ। ਇਹ 4 ਡਾਕੂਮੈਂਟ ਜਿਹੜੇ ਤੁਹਾਡੇ ਕੈਨੇਡਾ ਤੋਂ ਇੰਡੀਆ ਜਾਣਗੇ ਐਂਡ ਫਿਰ ਤੁਹਾਡੀ ਫਾਈਲ ਜਿਹੜੀ ਹੈ ਪ੍ਰੋਸੀਡ ਹੋਊਗੀ। ਬਿਲਕੁਲ। ਤੇ ਉਸ ਤੋਂ ਬਾਅਦ ਮੇਰੀ ਐਕਸਪੀਰੀਅੰਸ, ਤੁਸੀਂ ਫਾਈਲ ਦਾ ਤੁਹਾਨੂੰ ਪਤਾ ਹੀ ਹੈ, ਤੇ ਹੁਣ ਗੱਲ ਕਰਦੇ ਆਪਾਂ ਇਮੀਗ੍ਰੇਸ਼ਨ ਦੇ ਬਾਰੇ। ਤੇ ਪਹਿਲਾਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਜਦੋਂ ਇਮੀਗ੍ਰੇਸ਼ਨ ਹੋਈ ਤੁਹਾਡੀ ਤਾਂ ਤੁਹਾਡੇ ਤੋਂ ਕਿਹੜੇ ਕਿਹੜੇ ਕੁਐਸਚਨ ਜਿਹੜੇ ਆ ਪੁੱਛੇ ਗਏ ਆ? ਇੰਡੀਆ ਇਮੀਗ੍ਰੇਸ਼ਨ ਕੁਝ ਵੀ ਨਹੀਂ ਪੁੱਛਿਆ, ਉਹਨਾਂ ਨੇ ਨੋਰਮਲੀ ਬਸ ਪਾਸਪੋਰਟ ਦੇਖੇ ਤੇ ਦੈਟਸ ਇਟ, ਔਰ ਕੁਝ ਫਾਲ ਮਤਲਬ ਕੋਈ ਐਕਸਟਰਾ ਕੁਐਸਚਨ ਮੈਂ ਕੁਝ ਨਹੀਂ ਪੁੱਛਿਆ ਉਹਨਾਂ ਨੇ। ਓਕੇ, ਤੇ ਜਦੋਂ ਤੁਸੀਂ ਕੈਨੇਡਾ ਆਏ ਤੇ ਜਦੋਂ ਕੈਨੇਡਾ ਪਹੁੰਚਿਆ ਤਾਂ ਇਹਨਾਂ ਨੇ ਪੁੱਛੇ, ਮਤਲਬ 2-3 ਕੁਐਸਚਨ ਪੁੱਛੇ ਕਿ ਵਾਈਫ ਮਤਲਬ ਕਿੱਦਾਂ ਵਰਕ 'ਤੇ ਆ ਜਾਂ ਸਟੱਡੀ 'ਤੇ ਆ, ਸਟੱਡੀ 'ਤੇ ਸੀਗੀ ਵਾਈਫ ਅਤੇ ਉਹ ਦੱਸਦੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਟੱਡੀ ਪਰਮਿਟ ਦਿਖਾਓ, ਓਕੇ, ਅਤੇ ਉਹ ਮਤਲਬ ਮੈਂ ਸੋਫਟ ਕਾਪੀ ਦਿਖਾਤੀ ਆਪਣੇ ਉੱਤੇ ਈਮੇਲ 'ਤੇ। ਤੁਸੀਂ ਸੋਫਟ ਕਾਪੀ ਈਮੇਲ 'ਤੇ ਵੀ ਦਿਖਾ ਸਕਦੇ? ਹਾਂ, ਈਮੇਲ 'ਤੇ ਵੀ ਦਿਖਾ, ਈਮੇਲ 'ਤੇ ਦਿਖਾ ਸਕਦੇ ਹੋ। ਤੁਹਾਡੀ ਵਾਈਫ ਕੋਈ ਵੀ ਅਗਰ ਸਟੇਟਸ ਹੈ, ਅਗਰ ਤੁਹਾਡੇ ਕੋਲ ਉਹਦੀ ਕਾਪੀ ਨਹੀਂ ਹੈਗੀ ਤਾਂ ਤੁਸੀਂ ਫੋਨ 'ਤੇ ਦਿਖਾ ਸਕਦੇ ਹੋ, ਬਾਈ ਨੇ ਈਮੇਲ 'ਤੇ ਦਿਖਾਈ ਸੀ। ਐਂਡ ਮੇਰੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਮੇਰੇ ਤੋਂ ਮੇਰਾ ਜਿਹੜਾ ਮੈਰਿਜ ਸਰਟੀਫਿਕੇਟ ਆ ਉਹ ਦੇਖਿਆ, ਉਹ ਜ਼ਰੂਰ ਦੇਖਦੇ, ਠੀਕ ਹੈ, ਗੁਰਦੁਆਰੇ ਵਾਲਾ ਪਲੱਸ ਜਿਹੜਾ ਜੈਨੂਨ ਸੀਗਾ ਉਹ ਵੀ ਦੇਖਿਆ, ਐਂਡ ਮੇਰਾ ਪਾਸਪੋਰਟ, ਮੇਰਾ ਜੋ ਅਪਰੂਵਲ ਲੈਟਰ ਹੈ ਜਿਹਨੂੰ ਆਪਾਂ ਪੋਰਟ ਆਫ ਐਂਟਰੀ ਲੈਟਰ ਹੈ ਉਹ ਬੋਲਦੇ ਹਾਂ, ਉਹ ਦੇਖਿਆ। ਉਸ ਤੋਂ ਬਾਅਦ ਮੈਂ ਕੈਨੇਡਾ ਟਰੈਵਲ ਹੋਇਆ, ਕੈਨੇਡਾ ਆ ਕੇ ਇਹਨਾਂ ਨੇ ਪੁੱਛਿਆ, ਸਭ ਤੋਂ ਪਹਿਲਾ ਕੁਐਸਚਨ ਸੀ ਕਿ ਤੁਸੀਂ ਕਿਸ ਸਟੇਟਸ 'ਤੇ ਆਏ ਹੋ, ਸਪਾਊਸ ਓਪਨ ਵਰਕ ਪਰਮਿਟ ਕਿਹੜੀ ਫਾਈਲ ਲਗਾ ਕੇ ਆਏ ਹੋ। ਸੋ ਪਹਿਲਾਂ ਮੇਰੇ ਤੋਂ ਉਹ ਪੁੱਛਿਆ, ਫਿਰ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਅਪਰੂਵਲ ਲੈਟਰ ਹੋਊਗਾ ਉਹ ਦਿਖਾਓ, ਮੈਂ ਉਹ ਵੀ ਦਿਖਾਤਾ। ਐਂਡ ਉਸ ਤੋਂ ਬਾਅਦ ਨੈਕਸਟ ਫਿਰ ਮੇਰੇ ਤੋਂ ਪੁੱਛਿਆ ਉਹਨਾਂ ਨੇ ਮੈਰਿਜ ਸਰਟੀਫਿਕੇਟ ਬਾਰੇ, ਆਪਣਾ ਮੈਰਿਜ ਸਰਟੀਫਿਕੇਟ ਦਿਓ। ਫਿਰ ਉਸ ਤੋਂ ਬਾਅਦ ਜਿਹੜੀ ਇੱਕ ਆਫੀਸਰ ਸੀਗੀ ਉਹ ਗੋਰੀ ਆਫੀਸਰ ਸੀ ਇੱਧਰ, ਐਂਡ ਗੋਰੀ ਸੀਗੀ, ਗੋਰੀ ਦੀ ਮੈਂ ਤਾਂ ਵੀ ਗੋਰੀ ਨੇ, ਗੋਰੀ ਸੀ, ਤੇ ਐਂਡ ਉਹ ਉੱਠ ਕੇ ਗਈ ਤੇ 5 ਮਿੰਟਾਂ ਦੇ ਵਿੱਚ ਉਹਨੇ ਜਦੋਂ ਪੇਪਰ ਉਹਦੇ ਹੱਥ ਦੇ, ਜਦ ਉਹਦੇ ਹੱਥ 'ਚ ਪੇਪਰ ਜਿਹਾ ਦੇਖਿਆ ਮੈਂ ਵੀ ਪ੍ਰਿੰਟ ਹੋ ਗਿਆ, ਫਿਰ ਮੈਨੂੰ ਸੁੱਖ ਦਾ ਸਾਹ ਆਇਆ, ਮੈਂ ਕਿਹਾ ਚਲੋ ਫਾਈਨਲੀ ਇਹਨੇ ਮੇਰਾ ਵਰਕ ਪਰਮਿਟ ਅਪਰੂਵ, ਮੈਨੂੰ ਵੀ ਟੈਨਸ਼ਨ ਜੀ ਪੈ ਗਈ ਸੀ ਜਦੋਂ ਉੱਠ ਕੇ ਗਈ, ਕਿਉਂਕਿ ਮੇਰਾ ਜਦੋਂ ਕੇਸ ਸੀਗਾ ਉਸ ਤੋਂ ਪਹਿਲਾਂ ਇੱਕ ਸਟੂਡੈਂਟ ਦੇ ਨਾਲ ਉਹਨੇ ਬਹੁਤ ਜ਼ਿਆਦਾ ਰੂਡਲੀ ਮਤਲਬ ਗੱਲ ਕੀਤੀ, ਠੀਕ ਹੈ, ਐਂਡ ਮੈਨੂੰ ਮੇਰੇ ਮਨ 'ਚ ਆਇਆ ਕਿ ਮੈਨੂੰ ਇਹ ਨਾ ਆਵੇ, ਮੇਰੇ ਇਹਦੇ ਤੇ ਨੰਬਰ ਨਾ ਆਵੇ। ਸੇਮ ਇਹੀ ਚੀਜ਼ ਮੇਰੇ ਨਾਲ ਦੇ ਮੁੰਡੇ ਨਾਲ ਵੀ, ਜਿਹੜਾ ਨਾਲ ਆਇਆ ਸੀ ਮੇਰੇ, ਜਿਹਨੇ ਟਰੈਵਲ ਕੀਤਾ ਨਾਲ, ਤੇ ਉਹਨੂੰ ਕਸਟਮ 'ਚ ਲੈ ਗਏ ਸੀ ਕੁਐਸਚਨ ਪੁੱਛਣ। ਓਕੇ, ਤੇ ਮਤਲਬ ਅੰਦਰ ਬਿਠਾ ਕੇ ਵੀ ਕੁਐਸਚਨਿੰਗ ਹੋ ਸਕਦੀ ਹੈ, ਸੋ ਤੁਸੀਂ ਪੂਰਾ ਪ੍ਰਿਪੇਅਰ ਹੋ ਕੇ ਆਣਾ ਐਂਡ ਕੰਫੀਡੈਂਸ ਨਾਲ ਜਾਣਾ, ਜੋ ਪੁੱਛਦੇ
ਦੇਖ ਲੈਂਦੇ ਨੇ ਕਿ ਕਿੰਨੇ ਕੁ ਤੁਸੀਂ ਕੁਐਸਚਨ ਦੇ ਸਕਦੇ ਹੋ ਆਨਸਰ। ਐਂਡ ਮੇਰੇ ਤੋਂ ਜਦ ਇਹ ਚੀਜ਼ ਹੋਈ ਤਾਂ ਮੈਂ ਤਾਂ ਪ੍ਰੇ ਕਰ ਰਿਹਾ ਸੀ ਖੜਾ ਕਿ ਮੈਨੂੰ ਇਹਦੇ ਕੋਲ ਨਾ ਜਾਣਾ ਪਵੇ, ਬਟ ਮੈਨੂੰ ਫਿਰ ਵੀ ਉਹਦੇ ਕੋਲ ਹੀ ਜਾਣਾ ਪਿਆ। ਬਟ ਉਹਨੇ ਮੇਰੇ ਤੋਂ ਕੁਛ ਖਾਸ ਕੁਐਸਚਨ ਨਹੀਂ ਪੁੱਛੇ, ਕਿਉਂਕਿ ਜਿਹੜੇ ਵੀ ਕੁਐਸਚਨ ਉਹ ਪੁੱਛਦੇ ਸੀ ਮੈਂ ਪੂਰੇ ਕੌਨਫੀਡੈਂਸ ਦੇ ਨਾਲ ਉਹਨੂੰ ਆਨਸਰ ਦਿੱਤਾ। ਐਂਡ ਜਦੋਂ ਉਹਨੇ ਵਰਕ ਪਰਮਿਟ ਲਿਆ ਕੇ ਦਿੱਤਾ, ਮੈਂ ਕਿਹਾ ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਅਸੀਂ ਪਹੁੰਚ ਗਏ ਕੈਨੇਡਾ, ਤੁਸੀਂ ਦੇਖ ਲਓ ਪਿੱਛੇ ਬੈਠੇ ਹਾਂ ਜੀ। ਐਂਡ ਇਸ ਤੋਂ ਇਲਾਵਾ ਬਾਈ ਹੋਰ ਕੋਈ ਤੁਸੀਂ ਸੁਜੈਸ਼ਨ ਦੇਣਾ ਚਾਹੋਗੇ? ਇੱਕ ਹੋਰ ਚੀਜ਼, ਵਰਕ ਪਰਮਿਟ 'ਚ ਜ਼ਰੂਰੀ ਨਹੀਂ ਕਿ ਤੁਹਾਨੂੰ ਇੰਗਲਿਸ਼ ਆਉਂਦੇ ਹੋ, ਠੀਕ ਹੈ? ਉੱਥੇ ਤੁਸੀਂ ਕਹਿ ਸਕਦੇ ਹੋ ਟਰਾਂਸਲੇਟਰ ਚਾਹੀਦਾ, ਤਾਂ ਕੋਈ ਵੱਡਾ ਇਸ਼ੂ ਨਹੀਂ ਆ। ਅੱਛਾ, ਤੁਸੀਂ ਟਰਾਂਸਲੇਟਰ ਵੀ ਲੈ ਸਕਦੇ ਹੋ, ਜੇ ਤੁਸੀਂ ਇੰਗਲਿਸ਼ 'ਚ ਆਨਸਰ ਨਹੀਂ ਕਰ ਸਕਦੇ ਤਾਂ ਉਹ ਬੁਲਾਣਗੇ ਕਿਸੇ ਪੰਜਾਬੀ ਨੂੰ ਜਿਹਨੂੰ ਸਮਝ ਆਉਂਦੀ ਹੋਊ ਪੰਜਾਬੀ, ਉਹ ਤੁਹਾਨੂੰ ਕਨਵਰਟ ਕਰਕੇ ਤੁਹਾਡੀ ਲੈਂਗੁਏਜ ਨੂੰ ਇਮੀਗ੍ਰੇਸ਼ਨ ਆਫਿਸਰ ਨੂੰ ਦੱਸੂਗਾ ਵੀ। ਬਿਲਕੁਲ, ਠੀਕ ਹੈ। ਸੋ ਉਸ ਤੋਂ ਇਲਾਵਾ ਤੁਸੀਂ ਫਾਈਲ ਆਪਣੀ ਕਦ ਲਗਾਈ ਸੀਗੀ? ਫਾਈਲ ਮੈਂ ਲਾਈ ਸੀ ਆਪਣੀ 16 ਅਪ੍ਰੈਲ ਨੂੰ। 16 ਅਪ੍ਰੈਲ ਨੂੰ? ਤੇ ਅਪਰੂਵਲ ਕਦੋਂ ਹੋਈ ਸੀ? ਤੇ ਅਪਰੂਵਲ 15 ਸਤੰਬਰ। 15 ਸਤੰਬਰ, ਮਤਲਬ ਮਈ, ਜੂਨ, ਜੁਲਾਈ, ਅਗਸਤ, ਮਤਲਬ 4 ਮਹੀਨੇ ਬਾਅਦ ਇਹਨਾਂ ਦੀ ਫਾਈਲ ਅਪਰੂਵ ਹੋ ਗਈ ਸੀ। ਸੋ ਬਹੁਤ ਲੱਕੀ ਹੈ, ਫਾਈਨਲੀ ਇਹ ਕੈਨੇਡਾ ਵਿੱਚ ਬੈਠੇ ਨੇ, ਮੇਰੇ ਨਾਲ ਬੈਠੇ ਆ। ਸੋ ਇਸ ਤੋਂ ਇਲਾਵਾ ਅਗਰ ਕੋਈ ਵੀ ਕੁਐਸਚਨ ਹੈ ਤੁਹਾਡਾ ਕਿਸੇ ਵੀ ਵੀਡੀਓ ਰਿਗਾਰਡਿੰਗ ਜਾਂ ਕੋਈ ਵੀ ਕੋਈ ਕੁਐਸਚਨ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਨੀਚੇ ਕਮੈਂਟ ਕਰਕੇ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਜਾਓ, ਹੁਣ ਨਹੀਂ ਰਹਾ ਹੋ ਗਿਆ, ਨਹੀਂ ਅਸੀਂ ਹੋਰ ਵੀ ਜ਼ਿਆਦਾ ਵੀਡੀਓਜ਼ ਬਣਾਵਾਂਗੇ। ਹੋ ਸਕਦਾ ਕਿ ਮੇਰੀਆਂ ਨੈਕਸਟ ਵੀਡੀਓਜ਼ ਜਿਹੜੀਆਂ ਨੇ ਉਹ ਸਪਾਊਸ ਓਪਨ ਵਰਕ ਪਰਮਿਟ ਦੇ ਕੈਨੇਡਾ ਦੇ ਟੋਪਿਕ ਦੇ ਉੱਤੇ ਹੋਣ, ਜਾਂ ਫਿਰ ਮੇਰੇ ਬਲੌਗਿੰਗ ਵੀ ਹੋ ਸਕਦੀ ਹੈ। ਸੋ ਪਲੀਜ਼ ਉਹਨਾਂ ਨੂੰ ਵੀ ਜ਼ਰੂਰ ਦੇਖਣਾ, ਲਾਈਕ ਕਰਨਾ, ਸ਼ੇਅਰ ਕਰਨਾ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਟਿਲ ਦੈਨ ਬਾਏ ਬਾਏ।